तुहानू चेता होना चाहीदा है कि अज तो ठीक एक साल पहला 9 नवंबर का वो दिन सी जदों दोनों मुल्कां दे दरमियान लंबे समय तो बंद पिया होया वो बॉर्डर लांघा खोले जाण दी जिहड़ी मंग सी जिहड़ा वो सुपना सी वो पूरा होया साकार होया जदों भारत वाले पास्यों बसां दा काफिला चल के आया करतारपुर साहब की धरती ते पहुंचिया जिहदी अगवाई उस वेले साडे साबका प्रधानमंत्री भारत दे डॉक्टर मनमोहन सिंह कर रहे सी पंजाब दे मुख्यमंत्री कैप्टन अमरिंदर सिंह दे नाल नाल बहुत सारिया शख्सियतां उस काफले दे विच शामिल सन। इधरों पाकिस्तान वाले पास्यों गल करिए ते खुद प्रधानमंत्री इमरान खान और उन्हां दी कैबिनेट दे बहुत सारे लोग इहदे नाल नाल पंजाब दे गवर्नर मुहम्मद सरवर साहब इन्हां ने सारी जिम्मेवारी लै के समय सिर सारा काम नेपरे चाढ़िया सी वह उत्थे मौजूद सन। इन्ना ही नहीं हज़ारां दी गिनती विच संगतां सारे संसार तो उत्थे पहुंचियां होईयां सन। ये बड़ी ही साडे वास्ते खुशकिस्मती सी कि यह सारा दृश्य यह सारा कुछ देखण दा अखीं डिठा हाल ये सानूं मौका मिलिया उत्थे। तो अज सारियां वो यादां भी ताजियां हो रही हैं उहदे बारे असीं एक खास मेहमान नाल तुहाडी गलबात भी करवानी है। तो एक साल पूरा होण ते करतारपुर साहब दे लांघे ते ਇਹ ਸਪੈਸ਼ਲ ਰਿਪੋਰਟ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ। ਕੱਲ 9 ਨਵੰਬਰ ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹੇ ਜਾਣ ਦਾ 1 ਸਾਲ ਦਾ ਸਮਾਂ ਪੂਰਾ ਹੋ ਜਾਵੇਗਾ। ਇਸ ਮੌਕੇ ਤੇ ਕਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਠੀਕ 1 ਸਾਲ ਪਹਿਲਾਂ ਇਸੇ ਦਿਨ ਯਾਨੀ ਕਿ 9 ਨਵੰਬਰ ਨੂੰ ਜਦੋਂ ਇਹ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਵੱਡੇ ਪੱਧਰ ਤੇ ਸਮਾਗਮ ਆਯੋਜਿਤ ਕੀਤੇ ਗਏ ਸਨ, ਜਿੱਥੇ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਉਹਨਾਂ ਦੀ ਕੈਬਨਿਟ ਦੇ ਕਈ ਵਜ਼ੀਰ ਸ਼ਾਮਲ ਹੋਏ। ਉੱਥੇ ਹੀ ਭਾਰਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਭਾਰਤ ਦੀਆਂ ਕਈ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇਸ ਲਾਂਘੇ ਨੂੰ ਖੋਲ੍ਹਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਜ਼ਿਕਰਯੋਗ ਹੈ। ਇਸ ਤੋਂ ਇਲਾਵਾ ਸਾਰੇ ਸੰਸਾਰ ਤੋਂ ਗੁਰੂ ਨਾਨਕ ਦੇਵ ਜੀ ਦੇ 595ਵੇਂ ਸਾਲਾ ਗੁਰਪੁਰਬ ਮੌਕੇ ਤੇ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਹਨਾਂ ਇਤਿਹਾਸਕ ਪਲਾਂ ਨੂੰ ਅੱਖੀ ਦੇਖਿਆ, ਪਰੰਤੂ ਕੋਵਿਡ-19 ਕਾਰਨ ਦੋਨਾਂ ਮੁਲਕਾਂ ਵੱਲੋਂ ਮਾਰਚ ਦੇ ਮਹੀਨੇ ਇਸ ਲਾਂਘੇ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ, ਜਿੱਥੇ ਪਾਕਿਸਤਾਨ ਦੀ ਸਰਕਾਰ ਨੇ ਆਪਣੇ ਵੱਲੋਂ ਇਹ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਉੱਥੇ ਭਾਰਤ ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ 3 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਪਹਿਲਾਂ ਇਸ ਲਾਂਘੇ ਨੂੰ ਮੁੜ ਤੋਂ ਖੋਲ੍ਹ ਦੇਣ।